ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਕਿਲੀ ਚਾਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਪ੍ਰਧਾਨ ਮੇਜਰ ਸਿੰਘ ਕਾਲੇਕੇ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ, ਜਿਸ ਦੌਰਾਨ ਵੱਡੀ ਗਿਣਤੀ ਵਿੱਚ ਵੱਖ ਵੱਖ ਪਿੰਡਾਂ ਦੇ ਖੇਤ ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੇਜਰ ਸਿੰਘ ਕਾਲੇਕੇ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਚੋਣਾਂ ਦੌਰਾਨ ਮਜ਼ਦੂਰਾਂ ਨਾਲ ਕੀਤੇ ਵਾਅਦਿਆਂ ਤੋਂ ਮੁਨਕਰ ਹੋਈ ਹੈ, ਜਿਸ ਦੇ ਵਿਰੋਧ ਵਿੱਚ ਪੰਜਾਬ ਦੀਆਂ 7 ਪੇਂਡੂ ਖੇਤ ਮਜ਼ਦੂਰ ਯੂਨੀਅਨਾਂ ਵੱਲੋਂ ਸਾਂਝੇ ਤੌਰ 'ਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ 9, 10 ਅਤੇ 11 ਅਗਸਤ ਨੂੰ ਪਟਿਆਲਾ ਵਿਖੇ ਮੁੱਖ ਮੰਤਰੀ ਦੇ ਮੋਤੀ ਮਹਿਲ ਅੱਗੇ ਮੋਰਚਾ ਲਾਇਆ ਜਾ ਰਿਹਾ ਹੈ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਮਜ਼ਦੂਰਾਂ ਦੀਆਂ ਮੰਗਾਂ ਲਾਗੂ ਨਾ ਕੀਤੀਆਂ ਗਈਆਂ ਤਾਂ ਪੰਜਾਬ 'ਚ ਮਜ਼ਦੂਰਾਂ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਮਜ਼ਦੂਰ ਜਿਹੜੇ ਗਰੀਬ ਲੋਕ ਅੱਡ ਜਾਤਾਂ ਧਰਮਾਂ ਗੋਤਾਂ ਪੈਸਿਆਂ 'ਚ ਵੀ ਵੰਡੇ ਹੋਏ ਆ, ਜੇ ਕਿਤੇ ਮਜ਼ਦੂਰਾਂ ਵਾਲੇ ਪਾਸੇ ਖਾਸ ਕਰਕੇ ਮਜ਼ਹਬੀ ਭਾਈਚਾਰੇ ਵਾਲੇ ਪਾਸੇ ਜੇ ਜਥੇਬੰਦੀ ਬਣੀ ਆ ਤਾਂ ਅਸੀਂ ਤਾਂ ਇਹ ਸੋਚਦੇ ਹਾਂ ਵੀ ਰਮਦਾਸੀਆਂ ਤੋਂ ਦੂਰ ਰਹਿਣਾ ਚਾਹੀਦਾ। ਜੇ ਰਮਦਾਸੀਆਂ ਵਾਲੇ ਪਾਸੇ ਜਥੇਬੰਦੀ ਬਣੀ ਆ ਉਹ ਮਜ਼ਹਬੀਆਂ ਵਾਲੇ ਪਾਸੇ ਜਾਣ ਨੂੰ ਤਿਆਰ ਨਹੀਂ ਹੈਗੇ। ਇਹ ਇਕੱਲਾ ਕਿਸਾਨਾਂ ਮਜ਼ਦੂਰਾਂ ਦੇ ਵਿੱਚ ਹੀ ਨਹੀਂ, ਇਹ ਸਾਡੇ ਜਿਹੜਾ ਜਾਤਾਂ ਦੇ ਵਿੱਚ ਵੀ ਉਪ ਜਾਤਾਂ ਬਣੀਆਂ ਹੋਈਆਂ, ਕੋਈ ਮਜ਼ਹਬੀ ਕਹਿੰਦਾ, ਕੋਈ ਬਾਲਮੀਕੀਆ ਕਹਿੰਦਾ, ਕੋਈ ਕਿਸੇ ਤਰ੍ਹਾਂ ਦੇ ਉਹ ਜਾਤਾਂ ਧਰਮਾਂ ਦੇ ਵਿੱਚ ਵੰਡਿਆ। ਇਹ ਸਾਥੀ ਨੇ ਗੱਲ ਕੀਤੀ ਸੀ ਬੋਲਦਿਆਂ ਵੀ ਅਸੀਂ ਤਾਂ ਉਸ ਤਰ੍ਹਾਂ ਦੀ ਗੱਲ ਲੈ ਕੇ ਚੱਲੀਏ ਜਿੱਥੇ ਸਾਡਾ ਇਤਿਹਾਸ ਕਹਿੰਦਾ ਮਾਂ ਕੀ ਯਾਦ ਸਭੇ ਇੱਕ ਪਹਿਚਾਣ ਦੋ, ਕੋਮਲ ਅੰਦਰ ਦੂਰ ਪਾਇਆ ਪੁਲਿਸ ਦੇ ਸਬੰਧੇ, ਇੱਕ ਨੂਰ ਤੇ ਸਭ ਜਾਂ ਲੋਕਾਂ ਕੌਣ ਭਰੇ ਕੋ ਬੰਦੇ। ਠੀਕ ਆ, ਭਾਵੇਂ ਅਜੇ ਅਸੀਂ ਸਮਝਦੇ ਹਾਂ ਵੀ ਸਾਡੇ ਲੋਕਾਂ ਨੂੰ ਇੱਥੋਂ ਦੇ ਸਿਆਸਤਦਾਨਾਂ ਨੇ ਇੰਨਾ ਪਾਰਤਾ ਇੰਨਾ ਵੰਡਤਾ, ਜਿਹੜੀ ਉਹਨਾਂ ਦੇ ਅੰਦਰ ਨਫ਼ਰਤ ਹੈ ਉਹ ਇੰਨੇ ਬੀਜ ਬੀਜ ਤੇ, ਜਿਹੜਾ ਹੁਣ ਤੱਕ ਉਹਨਾਂ ਨੂੰ ਸਗੋਂ ਇੱਕ ਕਰਨਾ ਕਰਨਾ ਚਾਹੀਦਾ ਸੀ। ਇਹ ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ ਤਹਿਤ ਜਿਹੜੀ ਕਿਲੀ ਪਿੰਡ ਕਿਲੀ ਚਾਲਾਂ ਜ਼ਿਲ੍ਹਾ ਮੋਗਾ ਵਿਖੇ ਹੋਈ ਆ, ਜਿਹਦੇ 'ਚ ਬਹੁਤ ਵੱਡੀ ਗਿਣਤੀ ਪਿੰਡਾਂ 'ਚੋਂ ਮਜ਼ਦੂਰ ਸ਼ਾਮਿਲ ਹੋਏ ਆ, ਅਤੇ ਇਹਨਾਂ ਮਜ਼ਦੂਰਾਂ ਨੂੰ ਸ਼ਾਮਿਲ ਕਰਨ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਨੇ ਵੱਡਾ ਸਹਿਯੋਗ ਦਿੱਤਾ ਹੈ, ਕਿਉਂਕਿ ਪੰਜਾਬ ਦੀਆਂ 7 ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਸਾਂਝੇ ਮੋਰਚੇ ਦੀ ਅਗਵਾਈ ਦੇ ਵਿੱਚ 9, 10 ਅਤੇ 11 ਅਗਸਤ ਨੂੰ ਪਟਿਆਲੇ ਮੋਤੀ ਮਹਿਲ ਮੂਹਰੇ ਜਿਹੜਾ ਮੋਰਚਾ ਲਾਇਆ ਜਾ ਰਿਹਾ, ਇਸੇ ਤਰ੍ਹਾਂ 27 ਤੋਂ ਲੈ ਕੇ 29 ਜੁਲਾਈ ਤੱਕ ਸਾਰੇ MLAਆਂ ਅਤੇ ਸੰਸਦੀ ਸਕੱਤਰਾਂ ਨੂੰ ਜਿਹੜੇ ਯਾਦ ਪੱਤਰ ਦਿੱਤੇ ਜਾ ਰਹੇ ਆ ਵੀ ਜੋ ਪੰਜਾਬ ਸਰਕਾਰ ਨੇ ਚੋਣਾਂ ਵੇਲੇ ਵਾਅਦੇ ਕੀਤੇ ਆ ਮਜ਼ਦੂਰਾਂ ਦੇ ਨਾਲ, ਉਹ ਵਾਅਦੇ ਆ ਜਿਹੜੇ ਨਿਭਾਏ ਜਾਣ, ਜਿਹਦੇ 'ਚ ਕਾਲੇ ਕਾਨੂੰਨਾਂ ਨੂੰ ਜਿਹੜੇ ਖੇਤੀ ਵਿਰੋਧੀ ਕਾਲੇ ਕਾਨੂੰਨ ਹੈ ਅਤੇ ਨਵੇਂ ਕਿਰਤ ਕਾਨੂੰਨਾਂ 'ਚ ਜਿਹੜੀਆਂ ਸੋਧਾਂ ਕੀਤੀਆਂ ਗਈਆਂ ਉਹਨਾਂ ਨੂੰ ਵਾਪਸ ਲੈਣ ਦੀ ਮੰਗ ਹੈ। ਇਸੇ ਤਰ੍ਹਾਂ ਮਜ਼ਦੂਰਾਂ ਦੇ ਕਰਜ਼ਾ ਮੁਕੰਮਲ ਕਰਜ਼ਾ ਮਾਫ਼ੀ ਦੀ ਮੰਗ ਕਰਦੇ ਹਾਂ। ਇਸੇ ਤਰ੍ਹਾਂ ਜਿਹੜੇ ਮਜ਼ਦੂਰਾਂ ਵੱਲ ਬਿਜਲੀ ਦੇ ਵੱਡੇ ਵੱਡੀ ਗਿਣਤੀ 'ਚ ਬਿੱਲ ਆਏ ਹੋਏ ਆ ਉਹ ਮਾਫ਼ੀ ਦੇ ਮੰਗ ਕਰਦੇ ਹਾਂ ਅਤੇ ਮਜ਼ਦੂਰਾਂ ਲਈ ਪੱਕੇ ਰੁਜ਼ਗਾਰ ਦੀ ਮੰਗ ਕਰਦੇ ਹਾਂ। ਇਸੇ ਤਰ੍ਹਾਂ ਹੋਰ ਜੋ ਮਜ਼ਦੂਰਾਂ ਦੀਆਂ ਮੰਗਾਂ ਪਲਾਟਾਂ ਸਮੇਤ ਪੈਨਸ਼ਨਾਂ ਜਾਂ ਸ਼ਗਨ ਸਕੀਮ ਜਿਹੜੀ ਅਜੇ ਤੱਕ ਬੰਦ ਪਈ ਆ ਜਾਂ ਡੀਪੂਆਂ ਰਾਹੀਂ ਜਨਤਕ ਵੰਡ ਪ੍ਰਣਾਲੀ ਤਹਿਤ ਸਾਰੇ ਤਰ੍ਹਾਂ ਦਾ ਰਾਸ਼ਨ ਵੰਡਣ ਦੀ ਸਮੇਤ ਹੋਰ ਜਿਹੜੀਆਂ ਮਜ਼ਦੂਰਾਂ ਦੀਆਂ ਮੰਗਾਂ ਉਹ ਅਸੀਂ ਲਾਗੂ ਕਰਨ ਦੀ ਪੁਰਜ਼ੋਰ ਮੰਗ ਕਰਦੇ ਹਾਂ। ਇਸ ਕਰਕੇ ਅਸੀਂ ਜਿਹੜੇ ਲਗਾਤਾਰ ਪੰਜਾਬ ਦੇ ਅੰਦਰ ਵੱਡੇ ਮਜ਼ਦੂਰਾਂ ਦੇ ਇਕੱਠ ਕਰ ਰਹੇ ਹਾਂ ਅਤੇ ਉਸ ਕੜੀ ਵਜੋਂ ਅੱਜ ਪਿੰਡ ਕਿਲੀ ਚਾਲ ਵਿਖੇ ਜਿਹੜਾ ਇਹ ਮਜ਼ਦੂਰਾਂ ਦਾ ਵੱਡਾ ਇਕੱਠ ਕੀਤਾ ਗਿਆ ਅਤੇ ਅਸੀਂ ਜਿੱਥੇ ਮਜ਼ਦੂਰਾਂ ਦੇ ਧੰਨਵਾਦੀ ਹਾਂ ਵੀ ਬਹੁਤ ਵੱਡੀ ਗਿਣਤੀ 'ਚ ਆਏ ਆ, ਉੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵਰਗੀਆਂ ਜਥੇਬੰਦੀਆਂ ਜਿਹੜੀਆਂ ਜਾਤ ਪਾਤ ਤੋਂ ਲੋਕਾਂ ਨੂੰ ਉੱਪਰ ਉੱਠਣ ਲਈ ਪ੍ਰੇਰਨਾ ਸਰੋਤ ਬਣ ਰਹੀਆਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੂੰ ਵੱਡਾ ਬਲ ਦੇਣ 'ਚ ਅਤੇ ਲੱਗ ਰਹੇ ਮੋਰਚੇ ਨੂੰ ਵੱਡਾ ਬਲ ਦੇਣ 'ਚ ਆਪਦਾ ਯੋਗਦਾਨ ਪਾ ਰਹੀਆਂ।
असी सारिया का धनवाद करते हैं ते सरकार तो पुरजोर मंग करते हैं भी जे इन्हां मंगां नूं लागू ना किया गया तो आने वाली 9, 10 ते 11 अगस्त नूं असी परिवारां समेत उस मोर्चे दे विच वड्डी गिणती शामिल होवांगे। ये सारे मजदूरां नूं ही असी सद्दा दिंदे आ पंजाबियां नूं भी आओ वड्डी गिणती दे विच आपां ये जिहड़े मोर्चे नूं कामयाब करिए।